ਅਸਲਾਮੁਅਲੈਕਮ ਭੈਣੋ ਤੇ ਭਰਾਓ, ਅੱਜ ਹੋਏ ਹਾਂ ਹਾਜ਼ਰ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਤੁਹਾਨੂੰ ਸੋਚਿਆ ਕਿ ਇੱਕ ਟੋਕਰੀ ਬਣਾਉਣ ਦੀ ਜਾਇਜ਼ ਦੱਸ ਦਈਏ। ਘਰ ਵਿਹਲੇ ਤੇ ਬੈਠੇ ਹੀ ਹਾਂ, ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀ। ਤੁਸੀਂ ਵੇਖਣ ਡਏ ਹੋ, ਇਹਨੂੰ ਗਲੂ ਗਨ ਕਹਿੰਦੇ ਆ ਅਤੇ ਇਹਦੇ ਵਿੱਚ ਸਟਿੱਕਾਂ ਪੈਂਦੀਆਂ ਨੇ। ਇਹਨੂੰ ਬਣਾਉਣ ਵਾਸਤੇ ਇੱਕ ਸਾਨੂੰ ਛੋਟੀ ਜਿਹੀ ਟੋਕਰੀ ਚਾਹੀਦੀ ਸੀ, ਉਹ ਜਿਹੜੀ ਸਾਡੇ ਘਰ ਪਈ ਕੰਮ ਆ ਗਈ ਅੱਜ ਤੇ। ਚਲੋ ਵੇਖਦੇ ਹਾਂ ਕਿਸ ਤਰ੍ਹਾਂ ਇਹ ਬਣਾਈ ਅਸੀਂ ਟੋਕਰੀ। ਇਹਨੂੰ ਹੁਣ ਅਸੀਂ ਉੱਤੋਂ ਲਾ ਕੇ ਵੇਖਦੇ ਹਾਂ ਇਹ ਕਿਸ ਤਰ੍ਹਾਂ ਦੀ ਬਣੀ ਹੈ। ਨਹੀਂ ਜੀ, ਟੋਕਰੀ ਤਾਂ ਸੋਹਣੀ ਬਣਨ ਡਈ ਹੈ। ਲਓ ਜੀ, ਟੋਕਰੀ ਬਿਲਕੁਲ ਤਿਆਰ ਹੋ ਚੱਲੀ ਹੈ। ਲਓ ਜੀ, ਟੋਕਰੀ ਹੋ ਗਈ ਤਿਆਰ। ਇਹਦੇ ਵਿੱਚ ਭਾਵੇਂ ਚਿੜੀਆਂ ਬਿਠਾ ਲਓ ਅਤੇ ਭਾਵੇਂ ਇਹਦੇ ਵਿੱਚ ਗਰਮ ਅੰਡਿਆਂ ਦੀ ਆਵਾਜ਼ ਲਾ ਲਓ। ਇਹਦੇ ਨਾਲ ਹੀ ਜੀ ਅੱਜ ਦੀ ਸਾਡੀ ਹੋ ਗਈ ਵੀਡੀਓ ਕੰਪਲੀਟ, ਅਤੇ ਸਾਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ। ਸਾਡਾ ਚੈਨਲ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਇਹਦੇ ਨਾਲ ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਹਾਫਿਜ਼।